श्री गुरु ग्रंथ साहब दी बाणी पढ़न दी लगन ने एक जापानी प्रोफेसर नू पंजाबी दा विद्वान बना दिता अते लगन ऐसी कि ओ जापानी भाषा विच हुण जपजी साहब दा अनुवाद भी कर चुके हन। माखियो मिठी पंजाबी तो बेशक साडी अपनी नवी पीढ़ी मुंह मोड़ रही है, पर जापान दे मशहूर विज्ञानी प्रोफेसर तोमियो मिजोकामी पंजाबी जुबान दी मिठास दे इस कदर दीवाने हन कि श्री गुरु ग्रंथ साहब दे अध्ययन लई उन्होंने गुरमुखी सिखी अते पंजाबी साहित पढ़िया। उन्होंने कहना है कि पंजाबी सीखने पिछे उन्होंने मकसद सिर्फ गलबात करना या समझना नहीं, उन्होंने कहना है कि गुरमुखी सीख के साहित अते श्री गुरु ग्रंथ साहब जी की बाणी पढ़ना मेरा मकसद है। उन्होंने पंजाबी सीखने लई दिल विच पैदा हुई इच्छा बारे दसदिया कहा कि वह दिल्ली की गुजरांवाला कलोनी विच रहिंदे सन अते उत्थे उन्होंने गवांढी मुंडे आपस विच पंजाबी विच गल करदे सन। उन्होंने दस्या कि उन्होंने मुंडिया दीआं कई गल्लां समझ आउंदीआं सन पर सारियां नहीं। उन्होंने दीआं गल्लां सुन के प्रोफेसर दे मन विच जगयासा उठी कि उन्होंने ਗੱਲਾਂ ਨੂੰ ਸਮਝਣ ਕਿ ਉਹ ਕਿਵੇਂ ਪੰਜਾਬੀ ਬੋਲਦੇ ਹਨ। ਉਹਨਾਂ ਦੱਸਿਆ ਕਿ ਪੰਜਾਬੀ ਸਿੱਖਣ ਲਈ ਉਹਨਾਂ ਨੇ ਯੂਨੀਵਰਸਿਟੀ ਵਿੱਚ ਸ਼ਾਮ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਡਿਪਲੋਮਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਸਿੱਖਣ ਲਈ ਉਹਨਾਂ ਨੂੰ 3 ਸਾਲ ਲੱਗ ਗਏ। ਪੰਜਾਬੀ ਨੇਰੇ ਹੈ, ਫਰਕ ਹੈ। ਇਹ ਸ਼ੁਰੂ ਵਿੱਚ ਮੇਰੇ ਗਵਾਂਢੀ ਦਿੱਲੀ ਵਿੱਚ, ਮੈਂ ਗੁਜਰਾਂਵਾਲਾ ਕਲੋਨੀ ਵਿੱਚ ਰਹਿੰਦਾ ਸੀ ਤੇ ਗਵਾਂਢੀ ਪੰਜਾਬੀ ਬੋਲਦੇ ਸਨ ਆਪਸ ਵਿੱਚ। ਕੁਝ ਸਮਝ ਵਿੱਚ ਆਉਂਦੀ ਸੀ, ਕੁਝ ਸਮਝ ਨਹੀਂ ਆਉਂਦੀ ਸੀ। ਇਹ ਮੇਰੀ ਜਿਗਿਆਸਾ ਜਾਣਨਾ ਚਾਹਾ ਕਿਹੜੇ ਬੋਲ ਰਹੇ ਨੇ, ਤੋ ਮੈਂ ਕਲਾਸ ਜੁਆਇਨ ਕੀਤਾ ਯੂਨੀਵਰਸਿਟੀ ਵਿੱਚ। ਈਵਨਿੰਗ ਕਲਾਸ ਹਫ਼ਤੇ ਵਿੱਚ 3 ਦਿਨ ਕਲਾਸ ਹੁੰਦੀ ਸਨ। ਸਰਟੀਫਿਕੇਟ ਪਾਸ ਕੀਤਾ, ਫਿਰ ਡਿਪਲੋਮਾ ਕੋਰਸ ਵਿਦ ਡਿਸਟਿੰਕਸ਼ਨ ਪਾਸ ਹੋਇਆ। ਮੇਰਾ ਮਕਸਦ ਸਿਰਫ ਬਾਤਚੀਤ ਕਰਨਾ, ਸਮਝਣਾ ਨਹੀਂ, ਗੁਰਮੁਖੀ ਸਿੱਖ ਕੇ ਸਾਹਿਤ ਪੜ੍ਹਨਾ ਔਰ ਗੁਰੂ ਗ੍ਰੰਥ ਸਾਹਿਬ ਪੜ੍ਹਨਾ, ਇਹ ਮੇਰਾ ਮਕਸਦ ਸੀ। ਪ੍ਰੋਫੈਸਰ ਅਨੁਸਾਰ ਜਾਪਾਨ ਵਿੱਚ 100 ਦੇ ਕਰੀਬ ਪੰਜਾਬੀ ਲੋਕ ਰਹਿੰਦੇ ਹਨ। ਉਹ 2-3 ਹਫ਼ਤੇ ਵਿੱਚ 1-2 ਵਾਰ ਗੁਰਦੁਆਰਾ ਵੀ ਜਾਂਦੇ ਹਨ ਅਤੇ ਬੈਠ ਕੇ ਗੁਰਬਾਣੀ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇੰਡੀਅਨ ਸਟੱਡੀਜ਼ ਹੈ ਉੱਥੇ, ਸਾਈਡ ਸਬਜੈਕਟ ਮਤੇ ਆਪਸ਼ਨ ਦੇ ਹਿਸਾਬ ਨਾਲ ਪੰਜਾਬੀ ਪੜ੍ਹਾਉਣ ਵਾਲੇ ਕੁਝ ਵਿਦਿਆਰਥੀਆਂ ਮਿਲਣਗੇ। ਤੁਸੀਂ ਵੀ ਇਸ ਤਰ੍ਹਾਂ ਦੇ ਤਕਰੀਬਨ ਕੋਈ 30-40 ਛਾਤਰਾਂ ਨੂੰ ਪੰਜਾਬੀ ਸਿਖਾਈ ਸੀ। ਉਹਨੇ ਮੇਰੇ ਸ਼ਹਿਰ ਦੇ ਵਿੱਚ ਗੁਰਦੁਆਰਾ ਹੈ, ਕੁਝ ਸਰਦਾਰ ਜੀ, ਕੋਈ 20 ਪਰਿਵਾਰ, ਮਨੇ 100 ਕੁ ਸਿੱਖ ਲੋਕ ਰਹਿੰਦੇ ਨੇ। ਉਹ ਮੈਂ 2 ਹਫ਼ਤੇ 'ਚ ਇੱਕ ਵਾਰ ਗੁਰਦੁਆਰੇ ਜਾਂਦਾ ਹਾਂ ਅਤੇ ਮੱਥਾ ਟੇਕਣ ਵਾਸਤੇ, ਤੋ ਅੱਛਾ ਲੱਗਦਾ ਹੈ। ਇਤਵਾਰ ਦਾ ਦਿਨ, ਹਰ ਹਫ਼ਤੇ ਨਹੀਂ ਜਾ ਸਕਦਾ, 2-3 ਹਫ਼ਤੇ ਵਿੱਚ ਜ਼ਰੂਰ ਜਾਂਦਾ। ਮੇਰੇ ਘਰ ਤੋਂ 1 ਘੰਟੇ ਦਾ ਰਸਤਾ ਹੈ। ਉਹ ਉੱਥੇ ਬੈਠਣ ਨਾਲ ਤੁਹਾਡਾ ਦਿਲ ਵਿੱਚ ਸ਼ਾਂਤੀ ਮਿਲਦੀ ਹੈ। ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਮੈਨੂੰ ਭਾਸ਼ਾਵਾਂ ਸਿੱਖਣ ਦਾ ਸ਼ੌਂਕ ਹੈ। ਉਹਨਾਂ ਦੱਸਿਆ ਕਿ ਮੇਰਾ ਵਿਸ਼ਾ ਵੀ ਭਾਸ਼ਾ ਵਿਗਿਆਨ ਹੈ, ਇਸ ਲਈ ਵੀ ਭਾਸ਼ਾਵਾਂ ਸਿੱਖਣੀਆਂ ਬਹੁਤ ਜ਼ਰੂਰੀ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਭਾਸ਼ਾਵਾਂ ਮੇਰਾ ਵਿਸ਼ਾ ਹੈ ਅਤੇ ਮੈਂ ਹਿੰਦੀ ਤੋਂ ਇਸ ਦੀ ਸ਼ੁਰੂਆਤ ਕੀਤੀ, ਫਿਰ ਬੰਗਲਾ, ਉਰਦੂ ਤੇ ਫਿਰ ਪੰਜਾਬੀ। ਉਹਨਾਂ ਦੱਸਿਆ ਕਿ ਉਹ 4 ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਨ। ਇਸ ਤੋਂ ਇਲਾਵਾ ਗੁਜਰਾਤੀ, ਸਿੰਧੀ, ਮਰਾਠੀ, ਕਸ਼ਮੀਰੀ, ਤਾਮਿਲ ਵੀ ਥੋੜ੍ਹੀ ਥੋੜ੍ਹੀ ਜਾਣਦੇ ਹਨ। ਉਹ ਕਹਿੰਦੇ ਹਨ ਕਿ ਭਾਰਤ ਦੀਆਂ ਘੱਟੋ ਘੱਟ 10-15 ਆਮ ਭਾਸ਼ਾਵਾਂ ਸਿੱਖਣ ਦੀ ਤਮੰਨਾ ਹੈ। ਸ਼ੁਕ ਹੈ ਅਤੇ ਮੇਰਾ ਵਿਸ਼ੇ ਵੀ ਭਾਸ਼ਾ ਵਿਗਿਆਨ, ਤੋ ਇਸ ਕਰਕੇ ਬਹੁਤ ਭਾਸ਼ਾਵਾਂ ਸਿੱਖਣੀਆਂ ਬਹੁਤ ਜ਼ਰੂਰੀ ਹਨ ਅਤੇ ਭਾਰਤੀ ਭਾਸ਼ਾਵਾਂ ਮੇਰਾ ਸਬਜੈਕਟ ਹੈ। ਤੋ ਹਿੰਦੀ ਤੋਂ ਸ਼ੁਰੂ ਕੀਤਾ, ਫਿਰ ਬੰਗਲਾ ਵੀ ਸਿੱਖੀ ਅਤੇ ਹਿੰਦੀ ਕਰਕੇ ਉਰਦੂ ਵੀ ਆ ਗਈ, ਹਿੰਦੀ ਕਰਕੇ ਪੰਜਾਬੀ ਵੀ ਆ ਗਈ। ਸੋ ਇਸ ਕਰਕੇ ਤੋ 4 ਭਾਸ਼ਾਵਾਂ ਬੋਲ ਸਕਦਾ। ਇਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਗੁਜਰਾਤੀ ਥੋੜ੍ਹੀ ਬਹੁਤ ਸਿੱਖਿਆ, ਥੋੜ੍ਹੀ ਸਿੰਧੀ, ਥੋੜ੍ਹੀ ਮਰਾਠੀ, ਥੋੜ੍ਹੀ ਗੁਜਰਾਤੀ, ਥੋੜ੍ਹੀ ਕਸ਼ਮੀਰੀ, ਥੋੜ੍ਹੀ ਤਮਿਲ, ਲੇਕਿਨ ਕੋਈ ਚੰਗੀ ਤਰ੍ਹਾਂ ਨਹੀਂ ਆਇਆ, ਦਰਮਿਆਨ ਵਿੱਚ ਛੱਡਿਆ। ਇਹ ਮੇਰੇ ਆਲਸੇ ਕਰਕੇ, ਪਰ ਇਹ ਮੇਰਾ ਮਕਸਦ ਹੈ ਘੱਟੋ ਘੱਟ ਭਾਰਤ ਦੀਆਂ ਬਹੁਤ ਅਹਿਮ ਭਾਸ਼ਾਵਾਂ 10-15 ਸਿੱਖਣੀਆਂ ਚਾਹੀਦੀਆਂ ਸੀ, ਪਰ ਨਹੀਂ ਹੋਇਆ। ਪ੍ਰੋਫੈਸਰ ਕਹਿੰਦੇ ਹਨ ਕਿ ਹੋਰਨਾਂ ਮੁਲਕਾਂ ਵਿੱਚ ਜਾਣ ਲਈ ਜਾਂ ਗੱਲਬਾਤ ਲਈ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਅਹਿਮੀਅਤ ਹੈ ਦੁਨੀਆ ਭਰ, ਅੰਗਰੇਜ਼ ਤੋਂ ਬਿਨਾਂ ਕੰਮ ਨਹੀਂ ਚੜਦਾ। ਇਸ ਕਰਕੇ ਅਸੀਂ ਜਾਪਾਨੀ ਬੜੇ ਚਾਅ ਨਾਲ ਮਿਹਨਤ ਕਰਕੇ ਅੰਗਰੇਜ਼ੀ ਸਿੱਖ ਰਹੇ ਨੇ, ਪਰ ਇਹ ਨਹੀਂ ਆਪਣੀ ਮਾਤਰੀ ਭਾਸ਼ਾ ਨੂੰ ਭੁੱਲ ਕੇ ਉਹਨੂੰ ਛੱਡ ਕੇ ਅੰਗਰੇਜ਼ੀ ਸਿੱਖਣਾ ਇਹ ਚੰਗਾ ਨਹੀਂ।
ਪ੍ਰੋਫੈਸਰ ਤੋਮਿਓ ਮਿਜ਼ੋਕਾਮੀ ਨੇ ਜਪਜੀ ਸਾਹਿਬ ਦਾ ਜਾਪਾਨੀ ਵਿੱਚ ਅਨੁਵਾਦ ਵੀ ਕੀਤਾ ਹੈ। ਉਹਨਾਂ ਨੇ ਓਸਾਕਾ ਯੂਨੀਵਰਸਿਟੀ ਆਫ ਫਾਰਨ ਸਟੱਡੀਜ਼ ਤੋਂ 1965 ਵਿੱਚ ਭਾਰਤੀ ਅਧਿਐਨ ਵਿਭਾਗ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਓਸਾਕਾ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ 1968 ਵਿੱਚ ਹਿੰਦੀ ਵਿਭਾਗ ਵਿੱਚ ਖੋਜ ਸਹਾਇਕ ਵਿਗਿਆਨੀ ਵਜੋਂ ਨਿਯੁਕਤ ਕੀਤਾ ਗਿਆ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।